ਮਹਾਰਾਣੀ ਜਿੰਦਾ ਦੀ ਸ਼ੌਕ ਵਾਹ ਜੀ ਵਾਹ ਇੱਕ ਘੋੜਸਵਾਰ ਦੀ ਤਨਖਾਹ 7 ਰੁਪਏ ਸੀ ði se are poison testing plates ਇਹ ਜੀ ਮਹਾਰਾਜਾ ਦਾ ਗਾਤਰਾ ਇੱਕ ਨਾਨਕ ਸ਼ਾਹੀ ਰੁਪਿਆ 13 ਪਾਉਂਡ ਸਟਰਲਿੰਗ ਦੇ ਬਰਾਬਰ ਸੀ ਤੇ ਅਗਰ ਇਹਦੇ ਵਿੱਚ ਜ਼ਹਿਰ ਵਾਲਾ ਜਾਂ ਜ਼ਹਿਰ ਵਾਲਾ ਖਾਣਾ ਪਾਓਗੇ ਜਾਂ ਜ਼ਹਿਰ ਪਾਓਗੇ ਵਾਟਰ ਫਿਲਟਰ oh yes and feel the weight ਹੈ ਨਹੀਂ ਇਸ ਲਈ ਅਸੀਂ ਖੜਿਆ ਲਾਹੌਰ ਦੇ ਫਕੀਰਖਾਨਾ ਮਿਊਜ਼ੀਅਮ ਦੇ ਵਿੱਚ ਇਹ ਮਿਊਜ਼ੀਅਮ ਲਾਹੌਰ ਦੇ 13 ਗੇਟਾਂ ਵਿੱਚੋਂ ਜੋ ਪਾਰਟੀ ਗੇਟ ਹੈ ਉਸ ਦੇ ਅੰਦਰ ਹੈ ਜਿਵੇਂ ਕਿ ਅਸੀਂ ਸਭ ਇਤਿਹਾਸ ਵਿੱਚ ਪੜਦੇ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਆਰਮੀ ਵਿੱਚ ਫਕੀਰ ਪਰਿਵਾਰ ਦਾ ਬਹੁਤ ਉਹਨਾਂ ਦੇ ਨਾਲ ਸਾਥ ਰਿਹਾ ਹੈ ਤਿੰਨੋਂ ਇਬਰਾਹੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਆਰਮੀ ਵਿੱਚ ਹੁੰਦੇ ਸਨ ਤੇ ਇਸ ਲਈ ਜਿਸ ਜਗ੍ਹਾ ਤੇ ਅਸੀਂ ਖੜਿਆ ਇਹ ਹਵੇਲੀ ਹੈ ਟੋਡਰ ਮਲ ਦੀ ਔਰ ਇੱਥੇ ਫਕੀਰ ਖਾਨਦਾਨ ਦੇ ਹੀ ਅੱਗੇ ਜੋ ਉਹ اولاد ਹੈ ਉਹਨਾਂ ਵਿੱਚੋਂ ਦਿਵਜ ਮੇਜ ਜਨਰੇਸ਼ਨਸ ਆ ਰਹੀਆਂ ਨੇ ਉਹ ਇੱਥੇ ਹੀ ਰਹਿੰਦੇ ਨੇ ਤੇ ਇੱਥੇ ਹੀ ਉਹਨਾਂ ਨੇ ਇੱਕ ਪ੍ਰਾਈਵੇਟ ਮਿਊਜ਼ੀਅਮ ਬਣਾਇਆ ਹੋਇਆ ਹੈ ਜਿੰਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨਾਲ ਸੰਬੰਧਿਤ ਸਾਰਾ ਕੁਝ ਜੋ ਵੀ ਉਸ ਦੌਰ ਚ ਚੀਜ਼ਾਂ ਸਨ ਮੈਨੂਸਕ੍ਰਿਪਟਸ ਹੋ ਗਏ ਹੋ ਗਏ ਮਹਾਰਾਜਾ ਸਾਹਿਬ ਦੇ ਕੱਪੜੇ ਜਾਂ ਲਿਖਤਾਂ ਜਾਂ ਉਸ ਟਾਈਮ ਜੋ ਵੀ ਹੁਕਮਨਾਮੇ ਜੋ ਵੀ ਆਰਡਰਸ ਹੁੰਦੇ ਸਨ ਸਾਰਾ ਕੁਝ ਇਹਨਾਂ ਦੇ ਕੋਲ ਅਸਲ ਹਾਲਤ ਵਿੱਚ ਮੌਜੂਦ ਹੈ ਤੇ ਅੱਜ ਅਸੀਂ ਆਪ ਸਭ ਨੂੰ ਸਾਰੀ ਚੀਜ਼ਾਂ ਇੱਕ ਇੱਕ ਕਰਕੇ ਦਿਖਾਵਾਂਗੇ ਭੈਣ ਜੀ ਤੇ ਸਾਨੂੰ ਇੱਥੇ ਲੈ ਕੇ ਆਏ ਆ ਤੇ ਹੁਣ ਜਾ ਰਹੇ ਆ ਤੇ ਵੀਰ ਪ੍ਰਕਾਸ਼ ਸਿੰਘ ਇਹ ਹੁਣ ਮੇਰੀ ਨਾਲ ਮਦਦ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਤੇ ਚੜਦੇ ਤੋਂ ਜਾ ਕੇ ਆਏ ਆ ਇੱਕ ਹੁਣ ਨਵਾਂ ਨਵਾਂ ਅਮਰਸ਼ਕ ਆਏ ਵਧਾਈਆਂ ਹੁਣ ਤੁਹਾਨੂੰ ਬਹੁਤ ਬਹੁਤ ਬਾਬਾ ਜੀ ਉਧਰ ਕਿੱਥੋਂ ਦੇ ਰਹਿਣ ਵਾਲੇ ਮੈਂ ਮਰਜੀ ਇੱਕ ਗਾਂ ਸਖਰ ਸਿੰਧ ਤੋਂ ਸਿੰਧ ਤੋਂ ਹਾਂਜੀ ਹਾਂਜੀ ਇੰਡਸ ਤੋਂ ਇੱਥੇ ਵੀ ਪੜਨਾ ਲਾਹੌਰ ਚ ਕੀ ਪੜਾਈ ਕਰ ਰਹੇ ਇਹ ਮੈਂ ਬੀਐਸ ਕੰਪਿਊਟਰ ਸਾਇੰਸ ਕਰ ਰਹੇ ਹਾਂ ਫਾਰਮਨ ਕ੍ਰਿਸ਼ਨ ਕਾਲਜ ਯੂਨੀਵਰਸਿਟੀ ਤੋਂ ਨਾ 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 ਗੁਰਦੁਆਰਾ ਡੇਰਾ ਸਾਹਿਬ ਸਮਾਰ ਜੀ ਨੇ ਕੀਰਤਨ ਦੀ ਸੇਵਾ ਬਖਸ਼ੀ ਹੈ ਅੰਦਰ ਦੇ ਹਜੂਰੀ ਰਾਗੇ ਆ ਗਏ ਅਮਰ ਜੀ ਠੀਕ ਹੈ ਚਲੋ ਅੰਦਰ ਚਲੀਏ ਦਰਸ਼ਨ ਕਰਦੇ ਸੋ ਆਪਾਂ ਦੋ ਮੰਜ਼ਲਾਂ ਚੜ੍ਹ ਕੇ ਫਕੀਰ ਖਾਨਾ ਮਿਊਜ਼ੀਅਮ ਚ ਆ ਗਏ ਆ ਤੇ ਵੀਰ ਜੀ ਉਹਨਾਂ ਨੂੰ ਮਿਲੇ ਆ ਵੀਰ ਜੀ ਕੀ ਨੌਆ ਹੈ ਜੀ ਤੁਹਾਡਾ ਮੇਰਾ ਨਾਂ ਜੀ ﺍﻟमास अली ਤੇ ਤੁਸੀਂ ਇੱਥੇ ਕਿੱਦਾਂ ਮੈਂ ਐਜ਼ ਅ ਮੈਨੇਜਰ ਇੱਥੇ ਕੰਮ ਕਰਦਾ ਇੱਥੇ ਕੰਮ ਕਰਦਾ ਸੋ ਮੇਰਾ ਨਾਂ ਨਿਸ਼ਾਨ ਸਿੰਘ ਹੈ ਜੀ ਤੇ ਪਹਿਲੀ ਤੇ ਗੱਲ ਸੈਭ ਸਾਹਿਬ ਦਾ ਤੇ ਆਪ ਜੀ ਦਾ ਧੰਨਵਾਦ ਆ ਸਮਾਂ ਦੇਣ ਲਈ ਤੇ ਤੁਸੀਂ ਸਾਨੂੰ ਜਿਹੜੀਆਂ ਵੀ ਚੀਜ਼ਾਂ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਦਿਖਾ ਸਕਦੇ ਹੋ ਸਾਨੂੰ ਬਹੁਤ ਖੁਸ਼ੀ ਹੋਏਗੀ ਬਿਲਕੁਲ ਬਿਲਕੁਲ ਦਿਖਾਵਾਂਗੇ ਜੀ ਮੈਂ ਇੱਥੇ ਤੁਹਾਡੀ ਖidmat ਆਸਤੈ ਹਾਂ ਤੇ ਬੜੀ ਖੁਸ਼ੀ ਹੋਈ ਤੁਸੀਂ ਆਏ ਹੋ ਫਕੀਰਖਾਨਾ ਮਿਊਜ਼ੀਅਮ ਵੈਲਕਮ ਟੂ ਜੀਆਂ ਨੂੰ ਆਖਨੇ ਆ ਤੁਹਾਨੂੰ ਧੰਨਵਾਦ ਜੀ ਬੇਸਿਕਲੀ ਇਟਸ ਅ ਵਾਟਰ ਫਿਲਟਰ ਵਾਟਰ ਫਿਲਟਰ Oh yes ਜਿਸ ਵੇਲੇ ਜੰਗ ਦੇ ਵਿੱਚ ਤੁਹਾਡੇ ਕੋਲ ਪੀਣ ਵਾਸਤੇ ਸਾਫ਼ ਪਾਣੀ ਖਤਮ ਹੋ ਜਾਂਦਾ ਹਾਂਜੀ ਪੁਟ ਇਟ ਇਨ ਅ ਟਾਕਸਿਕ ਵਾਟਰ অর ਇਨ ਅ ਮਡ ਹਾਂਜੀ ਪਿਓ ਡਰਿੰਕਿੰਗ ਵਾਟਰ ਸੀਪਸ ਇਨ ਅੱਛਾ ਇਹਦੇ ਅੰਦਰ ਆ ਜਾਂਦਾ ਪਿਓਰ ਪਾਣੀ ਜਿਹੜਾ ਤੁਸੀਂ ਪੀ ਸਕਦੇ ਹੋ ਇਹਦੇ ਵਿੱਚ ਮਾਈਕਰੋਨ ਪੋਰਸ ਹੈਗੇ ਨੇ ਜਿਦੇ ਵਿੱਚ ਕੋਈ ਹਾਰਮਫੁਲ ਚੀਜ਼ ਅੰਦਰ ਨਹੀਂ ਜਾ ਸਕਦੀ ਇਟ ਵਰਕਸ ਲਾਈਕ ਆਰ ਸਕਿਨ ਇਹਦੇ ਅੰਦਰ ਕੋਈ ਹਾਰਮਫੁਲ ਚੀਜ਼ ਅੰਦਰ ਨਹੀਂ ਜਾ ਸਕਦੀ ਸਾਰੀਆਂ ਚੀਜ਼ਾਂ ਪਾਣੀ ਸਿਰਫ ਸਾਫ ਰਦਰ ਜੈ ਪਰਪਸ ਬਿਲਟ ਹੈ ਜਾਂ ਨੈਚੁਰਲ ਹੈ ਪੱਥਰ ਨੈਚੁਰਲ ਹੈ ਲੇਕਿਨ ਬਣਾਇਆ ਗਿਆ ਬਣਾਇਆ ਗਿਆ ਇਹ ਸਿਰਫ ਦੋ ਨੇ ਕਿੰਨਾ ਪੁਰਾਣਾ ਹੋਇਆਗਾ ਇਹ ਕਾਫੀ ਪੁਰਾਣਾ ਹੈ ਇਹ ਦੋ ਨੇ ਇਸ ਪੂਰੀ ਦੁਨੀਆ ਚ ਇੱਕ ਤੁਹਾਡੇ ਰੈਡਫੋਰਡ ਦਿੱਲੀ ਚ ਹੈ ਸਾਡੇ ਕੋਲ ਲਓ ਜੀ ਆ ਗੱਲ ਵੀ ਅਮੇਜ਼ਿੰਗ ਆ ਕਿ ਆਪਾਂ ਤੇ ਹੁਣ ਵਾਟਰ ਫਿਲਟਰ ਯੂਜ਼ ਕਰ ਰਹੇ ਆ ਇਹ ਉਦੋਂ ਵੀ ਹੁੰਦੇ ਸੀ ਇਹ ਸੰਨ ਦਾ ਕਿੰਨਾ ਕੰਦਾਜਾ ਲਾਈਏ ਆਪਾਂ 5600 ਸਾਲ ਪੁਰਾਣਾ ਦੇ 5600 ਸਾਲ ਪਹਿਲਾਂ ਵੀ ਵਾਟਰ ਫਿਲਟਰ ਦਾ ਸਿਸਟਮ ਚੱਲਦਾ ਸੀ ਕਿਉਂਕਿ ਆਬਵੀਅਸਲੀ ਸਾਡਾ ਇਸ ਕਰਕੇ ਹੁਣ ਵਾਟਰ ਫਿਲਟਰ ਹੀ ਯੂਜ਼ ਕਰ ਰਹੇ ਆ ਕਿ ਅਸੀਂ ਪਾਣੀ ਆਪ ਗੰਦਾ ਕੀਤਾ ਤੇ ਹੁਣ ਲੋੜ ਪੈ ਗਈ ਪਰ ਉਦੋਂ ਲੋਕਾਂ ਦੀ ਜੰਗਲੀ ਜਾਂਦੀ ਸੀ ਉਹਨਾਂ ਦੀ ਮਜਬੂਰੀ ਹੈ ਕਿ ਹਰ ਥਾਂ ਪਾਣੀ ਅਵੇਲੇਬਲ ਨਹੀਂ ਸੀ ਸੋ ਇਹ ਬਹੁਤ ਵਧੀਆ ਜੀ ਵੇਖਣ ਨੂੰ ਮਿਲਿਆ ਕਿ ਪੱਥਰ ਹੈ ਇਹਦੇ ਵਿੱਚ ਤੇ ਪਾਣੀ ਵੀ ਬਹੁਤ ਸਮਾ ਜਾਣਾ ਹੈ ਹਾਂਜੀ ਇਹਦੇ ਛਾਣੀ ਆਮਦਾ ਰਹੇਗਾ ਤੁਸੀਂ ਕੱਢਦੇ ਰਹੋ ਇਹਦੇ ਪਾਣੀ ਸੀਪ ਹੁੰਦਾ ਰਹੇਗਾ ਸੀਪ ਹੋਏਗਾ ਇਹ ਹੈ ਸਾਡਾ ਜੀ ਪੋਰਸਲਨ ਸੈਕਸ਼ਨ ਇਹ ਮਦਰ ਆਫ ਪਰਲ ਨੇ ਤੇ ਮਹਾਰਾਜਾ ਦੇ ਇਸਤੇਮਾਲ ਦੀ ਪਲੇਟ ਹੈ ਮਹਾਰਾਜਾ ਰਣਜੀਤ ਸਿੰਘ ਦੇ ਉਹਨਾਂ ਨੇ ਵਰਤੀ ਹੋਈ ਹੈ ਜੀ ਇਹ ਪੱਥਰ ਦੀ ਬਣੀ ਹੋਈ ਹੈ ਉੱਤੇ ਸਾਰਾ ਉੱਤੇ ਆਰਟਵਰਕ ਕੀਤਾ ਹੋਇਆ ਆਹ ਮਦਰ ਆਫ ਪਰਲ ਹੈ ਪਰਲ ਨੇ ਸਾਰੇ ਜਿਹੜੇ ਵਿੱਚ ਲੱਗੇ ਠੀਕ ਹੈ ਜੀ ਇਹ ਉਹ ਕੱਪ ਨੇ ਜਿਨ੍ਹਾਂ ਨੂੰ ਜਪਾਨੀਜ਼ ਨੇ ਪਹਿਲੀ ਦਫਾ ਹੈਂਡਲ ਲਗਾਏ ਫॉर ਦਾ ਐਕਸਪੋਰਟ ਅੱਛਾ ਦੇ ਯੂਜ਼ ਟੂ ਟੇਕ ਟੀ ਇਨ ਬੋਲ ਉਹ ਅੱਜ ਵੀ ਉਦਾਂ ਪਿਆਲੀਆਂ ਚੀ ਚਾ ਪੀਂਦੇ ਨੇ ਠੀਕ ਹੈ ਜੀ ਇਹ ਐਕਸਪੋਰਟ ਆਸਤੇ ਬਣਾਏ ਸੀ 350 ਸਾਲ ਪੁਰਾਣੇ ਨੇ ਇਟਸ ਆਲ ਹੈਂਡ ਪੇਂਟਡ 슈ਗਰ ਕੋਟਡ ਵਾਹ ਜੀ ਉਹ 350 ਸਾਲ ਹਾਂਜੀ ਤੇ ਇਹ ਦੁਨੀਆ ਦੀ ਸਭ ਤੋਂ ਡੈਲੀਕੇਟ ਸਰਦਾਰ ਜੀ ਤੇ ਐਕਸਪੈਂਸਿਵ ਪੋਰਸਲੀਨ ਅੱਛਾ ਜੀ ਜਿਸ ਲਈ 100 ਸੈਟ ਅਸੀਂ ਕਲੈਂਚ ਪਾਉਨੇ ਆ ਨਾ ਪੱਠੀ ਚ ਹਾਂਜੀ ਤੇ ਕੁਝ ਓਵਰ ਫਾਇਰ ਹੋ ਜਾਂਦੇ ਨੇ ਕੁਝ ਅੰਡਰ ਫਾਇਰ ਰਹਿੰਦੇ ਨੇ 61 ਬਚਦਾ ਬਸ ਹਮੇਸ਼ਾ ਤੇ 100 ਸੈਟ ਦੀ ਕੀਮਤ 1 ਸੈਟ ਤੇ ਪਾਈ ਜਾਂਦੀ ਜਪਾਨ ਦੀ ਰਾਇਲਟੀ ਆਸਤੇ ਬਣਦੀ ਹੈ ਚਾਈਨਾ ਦੇ ਵਿੱਚ ਮੈਨੂੰ ਆਪਣਾ ਹੱਥ ਦੇ ਉਸ ਸਰਦਾਰ ਐਂਡ ਫੀਲ ਦਾ ਵੇਟ ਹੈ ਇਟਸ ਲਾਈਕ ਅ ਨੈਕ ਸ਼ੈਲ অর ਅ ਫੈਦਰ ਪਰ ਹੈ ਇਨੀ ਹਾਂਜੀ ਪਤਲਾ ਵੀ ਬਹੁਤ ਹੈ ਉਹ ਥਿਨ ਜੀ ਬਿਲਕੁਲ ਆ ਦੇਖੋ ਬਹੁਤ ਜਿਆਦਾ ਟ੍ਰਾਂਸਪੇਰੈਂਟ ਤੇ ਜੀ ਕਿੰਨੀ ਕੀਮਤ ਹੋਏਗੀ ਜਿਵੇਂ ਸੱਟ ਉਹ ਦੁਨੀਆ ਦਾ ਸਭ ਤੋਂ ਮਹਿੰਗਾ ਜੀ ਸਿਰਫ ਐ ਅਫੋਰਡ ਕਰਦੀ ਹੈ ਜਗਤਾਨ ਦੀ ਰਾਇਲ ਫੈਮਿਲੀ ਆਪਾਂ ਦੇਖ ਲਿਆ ਇੰਨਾ ਹੀ ਵੱਡਾ ਸਾਡੇ ਵਾਸਤੇ ਸਾਨੂੰ ਇਹ ਸੁਭਾਗ ਹੈ ਸਾਡੇ ਵਾਸਤੇ ਕਿ ਸਾਡੇ ਦੇਖਣ ਦਾ ਮੌਕਾ ਮਿਲ ਗਿਆ ðiis two plates belongs to maharaja ranjit singh acha ji ðiis are poison testing plates ਠੀਕ ਇਫ ਯੂ ਪੁੱਟ ਪੋਇਜ਼ਨ ਫੂਡ ਇਨ ðiis plate ਇਟ ਵਿਲ ਚੇਂਜ ði ਕਲਰ ਠੀਕ ਤੇ ਅਗਰ ਇਹਦੇ ਵਿੱਚ ਜ਼ਹਿਰ ਵਾਲਾ ਜਾਂ ਜ਼ਹਿਰ ਵਾਲਾ ਖਾਣਾ ਪਾਓਗੇ ਜਾਂ ਜ਼ਹਿਰ ਪਾਓਗੇ ਤੇ ਇਹਦੇ ਚ क्रैक्स ਆਣਾ ਸ਼ੁਰੂ ਹੋ ਜਾਂਦੇ ਨੇ ਵਾਹ ਜੀ ਵਾਹ ਇਹ ਦੋਵੇਂ ਮਹਾਰਾਜਾ ਦੇ استعمال ਦੀਆਂ ਪਲੇਟਸ ਨੇ ਇਹ ਤੇ ਅਸੀਂ ਵੀ ਸੁਣਿਆ ਵੈਸੇ ਜਿੱਥੇ ਵੀ ਜਾਣੇ ਕਿਤੇ ਕਿਲਾ ਦੇਖਣ ਜਾਂ ਹਿਸਟਰੀ ਦੇ ਵਿੱਚ ਤਕਰੀਬਨ ਤਕਰੀਬਨ ਜਿਹੜੇ ਰਾਜੇ ਹੁੰਦੇ ਸੀਗੇ ਉਹ ਅਜੇ ਹੀ ਅਸੀਂ ਪਲੇਟਾਂ ਦੇ ਵਿੱਚ ਖਾਣਾ ਖਾਂਦੇ ਸੀ ਜਿਹਦੇ ਵਿੱਚ ਜ਼ਹਿਰ ਦਾ ਪਤਾ ਲੱਗ ਜੇ ਕਿਉਂਕਿ ਯੂਜੂਲੀ ਜਦੋਂ ਉਹਨਾਂ ਦੇ ਖਿਲਾਫ ਕੋਈ ਸਾਜ਼ਿਸ਼ ਕੀਤੀ ਜਾਂਦੀ ਸੀ ਉਹ ਚੋਂ ਸੌਖਾ ਤਰੀਕਾ ਇਹੀ ਸੀ ਕਿ ਉਹਨਾਂ ਦੇ ਖਾਣੇ ਵਿੱਚ ਥੋੜਾ ਥੋੜਾ ਜ਼ਹਿਰ ਪਾਈ ਜਾਓ ਤੇ ਉਹਦਾ ਅਸਰ ਹੋ ਜਾਏ ਸੋ ਇਹ ਹੁਣ ਤੁਸੀਂ ਪਲੇਟਸ ਦੇਖ ਹੀ ਸਕਦੇ ਆਂ ਤੇ ਕਮਾਲ ਕੀਤੀ ਪਈ ਵੀ ਦੇਖੋ ਇੱਕ ਪਲੇਟ ਹੀ ਐਸੀ ਹੈ ਇਹ ਅੱਜ ਆਪਾਂ ਸੋਚਦੇ ਆਂ ਕਿ ਅਸੀਂ 21st ਸੈਂਚਰੀ ਦੇ ਵਿੱਚ ਆ ਬਹੁਤ ਟੈਕਨੋਲੋਜੀ ਹੈ ਸਾਡੇ ਕੋਲ ਪਰ ਹੁਣ ਸ਼ਾਇਦ ਇਹ ਜਿਹੜੀਆਂ ਚੀਜ਼ਾਂ ਹੀ ਨਹੀਂ ਕਿਉਂਕਿ ਹੁਣ ਅਸੀਂ ਜ਼ਹਿਰ ਵੈਸੇ ਹੀ ਖਾਈ ਜਾ ਰਹੇ ਹਵਾ ਵੀ ਜ਼ਹਿਰ ਪਾਣੀ ਵੀ ਜ਼ਹਿਰ ਖਾਣਾ ਵੀ ਜ਼ਹਿਰ ਤੇ ਉਦੋਂ ਆਪਣੇ ਆਪ ਨੂੰ ਪ੍ਰੋਟੈਕਟ ਕਰਨ ਵਾਸਤੇ ਕਿੰਨਾ ਵਧੀਆ ਸੀਗਾ ਕਿ ਇਹਦੇ ਵਿੱਚੋਂ ਇਹਦੇ 'ਚ ਕਲਰ ਚੇਂਜ ਹੋ ਜਾਂਦਾ ਸੀ ਉਹਦੇ ਵਿੱਚ ਕ੍ਰੈਕਸ ਹੋਣੇ ਸ਼ੁਰੂ ਹੋ ਜਾਂਦੇ ਸੀ ਵਾਹ ਜੀ ਵਾਹ ਇਹ ਜੇ ਦੋਵੇਂ ਸਬੂਤੀਆਂ ਤੇ ਦਾ ਮਤਲਬ ਆ ਕਿ ਮਹਾਰਾਜਾ ਸਾਹਿਬ ਨੂੰ ਨਹੀਂ ਦਿੱਤਾ ਗਿਆ ਜੀ ਬਿਲਕੁਲ ਐਂ ਜੀ ਬਿਲਕੁਲ ਹਾਂ ਜੀ ਮਹਾਰਾਜ ਦਾ ਜਿਹੜਾ ਪੀਰੀਅਡ ਹੈ ਥੈਟ ਵਾਸ ਦਾ ਗੋਲਡਨ ਪੀਰੀਅਡ ਔਨ ਪੰਜਾਬ ਸਹੀ ਗੱਲ ਆਉਦੇ ਨਾਲੋਂ ਆਲਾ ਟਾਈਮ ਨਹੀਂ ਆਇਆ ਪੰਜਾਬ ਦੇ ਉੱਤੇ ਜਿਸ ਤਰ੍ਹਾਂ ਉਹਨਾਂ ਨੇ ਪੰਜਾਬ ਨੂੰ ਇੱਕ ਮੁਲਕ ਬਣਾ ਦਿੱਤਾ ਇੱਕ ਪ੍ਰੋਵਿੰਸ ਨਹੀਂ ਸੀ ਪੰਜਾਬ ਇੱਕ ਮੁਲਕ ਸੀ ਜਿਹਦੇ ਨਾਲ ਤਾਜੇ ਬ੍ਰਿਟਾਨੀਆਂ ਨੇ ਟ੍ਰੀਟੀ ਆਫ ਫਰੈਂਡਸ਼ਿਪ ਸਾਈਨ ਕੀਤੀ ਇਕੁਅਲ ਲੈਵਲ ਤੇ ਆ ਕੇ ਤੇ ਇਟ ਮੀਨਸ ਕਿ ਮਹਾਰਾਜ ਨੇ ਇਹਨੂੰ ਵੀ ਸੁਪਰ ਪਾਵਰ ਬਣਾ ਦਿੱਤਾ ਬਣਾ ਦਿੱਤਾ ਸੀ ਮਹਾਰਾਜ ਦੇ ਦੌਰ ਦੇ ਵਿੱਚ ਕੋਈ ਕੈਪੀਟਲ ਪੁਨਿਸ਼ਮੈਂਟ ਨਹੀਂ ਹੈ ਨਹੀਂ ਹੈਗੀ ਇਹ ਗੱਲ ਅੱਗੇ ਮੈਂ ਕਰ ਚੁੱਕਾ ਵੀਡੀਓ 'ਚ ਇੱਕ ਵੀ ਡੈਥ ਸੈਂਟੈਂਸ ਨਹੀਂ ਉਹਦੇ 40 ਸਾਲਾ ਦੌਰੇ ਹਕੂਮਤ ਐਂਡ ਹੀ ਨੈਵਰ ਹਿਊਮਿਲੇਟਸ ਹਿਸ ਐਨਮੀਜ਼ ਆਲਸੋ ਐਡਾ ਸੈਲਫਲੈਸ ਆਦਮੀ ਕਿਨਾ ਐਸ ਪੰਜਾਬ 'ਚ ਚੜ੍ਹਦੇ 'ਚ ਨਾ ਲੈਂਦੇ ਪੰਜਾਬ ਦੇ ਵਿੱਚ ਕੋਈ ਸੜਕ ਉਹਨਾਂ ਦੇ ਨਾਂ ਦੀ ਨਹੀਂ ਹੈਗੀ ਉਹਨਾਂ ਨੇ ਕੋਈ ਕੋਇਨ ਆਪਣੇ ਨਾਂ ਦਾ ਜਾਰੀ ਨਹੀਂ ਕੀਤਾ ਸਹੀ ਗੱਲ ਐਂਡ ਲੁੱਕ ਐਟ ਦ ਇਕਨੋਮੀ ਆਫ ਦ ਟਾਈਮ ਆਫ ਮਹਾਰਾਜਾ ਰਣਜੀਤ ਸਿੰਘ ਕਿ ਇੱਕ ਨਾਨਕ ਸ਼ਾਹੀ ਰੁਪਿਆ 13 ਪਾਉਂਡ ਸਟਰਲਿੰਗ ਦੇ ਬਰਾਬਰ ਸੀ ਸਹੀ ਗੱਲ ਐਂਡ ਥਿਸ ਇਜ਼ ਦ ਲਾਰਜੇਸਟ ਸਿੰਗਲ ਪੀਸ ਅਕੀਕ ਇਹ ਜਿਹੜਾ ਮੈਂ ਵੀ ਪਾਇਆ ਹੈ ਇਟਸ ਅ ਸੈਮੀ ਪ੍ਰੇਸ਼ੀਅਸ ਸਟੋਨ ਅੱਛਾ ਜੀ ਫਕੀਰ ਸૈયਦ ਨੂਰਉਦੀਨ ਹਕੀਮ ਸਨ ਹਾਂਜੀ ਤੇ ਉਹਨਾਂ ਨੇ ਮਹਾਰਾਜ ਨੂੰ ਕਿਹਾ ਕਿ ਮੈਨੂੰ ਇੱਕ ਮੈਡੀਸਨ ਗਰਾਇੰਡਰ ਚਾਹੀਦਾ ਅਕੀਕ ਦਾ ਠੀਕ ਹੈ ਜੀ ਤੇ ਇਹ ਅਕੀਕ ਦੁਨੀਆ ਦਾ ਸਭ ਤੋਂ ਅੱਛਾ ਯਮਨ ਚੋਂ ਦਾ ਠੀਕ ਹੈ ਜੀ ਤੇ ਇਹਨਾਂ ਨੇ ਯਮਨ ਚੋਂ ਉਸ ਵੇਲੇ 7000 ਰੁਪਏ ਦਾ ਮੰਗਵਾਇਆ ਜਿਸਲੇ 7 ਰੁਪਏ ਤੋਲਾ ਸੋਨਾ ਸੀ ਵਾਹ ਜੀ ਵਾਹ ਉਹਨਾਂ ਦੇ ਦੌਰ ਚ 7 ਰੁਪਏ ਤੋਲਾ ਸੋਨਾ ਸੀ ਤੇ ਸਭ ਤੋਂ ਲੋਅਸਟ ਸਕਿੱਲ ਲੇਬਰ ਕਿਹੜੀ ਸੀ ਕੁੜਸਵਾਰ ਤੇ ਕੁੜਸਵਾਰ ਦੀ ਤਨਖਾਹ 7 ਰੁਪਏ ਸੀ ਇੱਕ ਤੋਲਾ ਸੋਨੇ ਦੇ ਬਰਾਬਰ ਜਿਹੜਾ ਅਸੀਂ ਅੱਜ ਵੀ ਨਹੀਂ ਦੇ ਸਕਦੇ ਨਹੀਂ ਦੇ ਸਕਦੇ ਉਹਨਾਂ ਦੇ ਦੌਰ ਚ ਇੱਕ ਕੁੜਸਵਾਰ ਦੀ ਤਨਖਾਹ 7 ਰੁਪਏ ਸੀ ਹਮ ਐਂਡ ਹੀ ਵਾਸ ਆਰ ਰਾਜਾ ਜਿਨ ਨੇ ਸ਼ਿਕਸ ਦਿੱਤੀ ਸੀ ਸਿਕੰਦਰ ਅੱਛਾ ਦੁਨੀਆ ਦਾ ਕੋਈ ਮਿਊਜ਼ੀਅਮ ਪੋਰੋ ਨੂੰ ਕਲੇਮ ਨਹੀਂ ਕਰਦਾ ਅੱਛਾ ਜੀ ਦੁਨੀਆ ਦੇ ਕਿਸੇ ਮਿਊਜ਼ੀਅਮ ਚ ਉਹਦੀ ਕੋਈ ਚੀਜ਼ ਮੌਜੂਦ ਨਹੀਂ ਸਵਾਏ ਫਕੀਰ ਖਾਨਾ ਦੇ ਅੱਛਾ ਨਾਮ ਗੋਨਾ ਸ਼ੋ ਯੂ ਦਾ ਪਰਸਨਲ ਰਿੰਗ ਆਫ ਰਾਜਾਪੁਰ ਇਹ ਪਹਿਲਾ ਰਾਜਾ ਜੀ ਜਿਹਨੂੰ ਮੈਂ ਮੰਨਣਾ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਇਹ ਉਹਨਾਂ ਦੀ ਪਰਸਨਲ ਰਿੰਗ ਹੈਗੀ ਹੈ ਜੀ ਉਹਨਾਂ ਦੀ ਸ਼ਕਲ ਬਣੀ ਹੈ ਉਹਦੇ ਉੱਤੇ ਦੇਸੀ ਟਰਬਨ ਪਾਉਂਦੇ ਸਨ ਹੀ ਯੂਜ਼ ਟੂ ਵੇਅਰ ਸਨਫਲਾਰ ਇਨ ਹਿਸ ਟਰਬਨ ਕੰਨਾਂ 'ਚ ਵੱਡੀਆਂ ਵੱਡੀਆਂ ਵਾਲੀਆਂ ਨੇ ਅੱਛਾ 326 BC ਵਾਹ ਜੀ 326 ਬੀਸੀ ਮਹਾਰਾਜਾ ਰਣਜੀਤ ਸਿੰਘ ਦੀ ਪਰਸਨਲ ਸੈਸ਼ ਦਿਖਾ ਰਹੇ ਆ ਸਾਰਾ ਚਾਂਦੀ ਦਾ ਕੰਮ ਹੋਇਆ ਉਹਨਾਂ ਤੇ ਇੱਕ ਕਮਰਬੰਦ ਆ ਉਹਨਾਂ ਦਾ ਠੀਕ ਹੈ ਜੀ ਅਸੀਂ ਇਹਨੂੰ ਕਮਰਕੱਸਾ ਕਹਿੰਦੇ ਨੇ ਜੀ ਕਮਰਕੱਸਾ ਕਿਹਾ ਉਹ ਬਿਲਕੁਲ ਹਾਂਜੀ ਹਾਂਜੀ ਕਿੰਨਾ ਲੰਬਾ ਹੋ ਜੀ ਹੋਏਗਾ ਇਹ ਕਾਫੀ ਲੰਬਾ ਹੈ ਦੇਖੋ ਇਹ ਸਾਰਾ ਚਲੋ ਖੋਲਣਾ ਤੇ ਕੀ ਸਾਰਾ ਪਰ ਜਿਵੇਂ ਇਹਨਾਂ ਤਿੰਨ ਗੁਣਾ ਹੋਏਗਾ ਮੈਨੂੰ ਲੱਗਦਾ ਇਹ ਤੋਂ ਬਿਲਕੁਲ ਤਿੰਨ ਗੁਣਾ ਹਾਂਜੀ ਤਿੰਨ ਗੁਣਾ ਜ਼ਿਆਦਾ ਤਿੰਨ 4 6.5 4 ਮੀਟਰ ਦੇ ਕਰੀਬ ਹੋ ਜਾਣਾ ਬਿਲਕੁਲ ਹੈ ਜੀ ਇਹ ਉਹਨਾਂ ਦਾ ਕਮਰਕੱਸਾ ਹੈ ਜੀ ਠੀਕ ਹੈ ਜੀ ਵੇਖ ਲੋ ਜਿਹੜੇ ਮਹਾਨ ਹੁੰਦੇ ਆ ਉਹਨਾਂ ਦੀਆਂ ਚੀਜ਼ਾਂ ਵੀ ਫੀਲ ਕਰਨੀਆਂ ਵੇਖਣੀਆਂ ਉਹ ਵੀ ਆਪਣੇ ਆਪ ਚ ਮਾਨਮਤਾ ਹੋ ਜਾਂਦਾ ਹੈ ਬਿਲਕੁਲ ਐਂ ਜੀ ਬਿਲਕੁਲ ਐਂ ਜੀ ਤੇ ਲਾਹੌਰ ਦੇ ਜਿਹੜੇ ਸਿਟੀਜ਼ਨਸ ਨੇ ਇਹਨਾਂ ਨੇ ਖਤ ਲਿਖਿਆ ਯਾਦ ਕੀ ਕੀ ਵੱਡਾ ਬੰਦਾ ਨਹੀਂ ਮੌਜੂਦ ਹੋਏਗਾ ਉਸ ਵੇਲੇ ਉਸ ਸਰਦਾਰ ਰਣਜੀਤ ਸਿੰਘ ਨੂੰ ਖਤ ਲਿਖਿਆ ਗਿਆ ਉਸ ਵੇਲੇ ਸਰਦਾਰ ਨੂੰ ਲਿਖਿਆ ਗਿਆ ਉਹ ਖਤ ਲਿਖਿਆ ਗਿਆ ਤੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ 13 ਸਿਗਨੇਟਰੀਜ਼ ਆਰ देयर 13 13 ਨੇ ਅੱਛਾ ਇੱਕ ਹਿੰਦੂ ਤੇ ਇੱਕ ਸਿੱਖ 11 ਮੁਸਲਮਾਨ ਨੇ ਜਿਨ੍ਹਾਂ ਨੇ ਉਹ ਖਤ ਲਿਖਿਆ ਉਹਨਾਂ ਆਓ ਤੇ ਲਾਹੌਰ ਤੇ ਰਾਜ ਕਰੋ ਇਹ ਜੀ ਮਹਾਰਾਜਾ ਦਾ ਗਾਤਰਾ ਵਾਹ ਜੀ ਵਾਹ ਇਹ ਤਾਂ ਮੇਰੇ ਵੀ ਕੰਮ ਆ ਜਾਣਾ ਨਹੀਂ ਇਹ ਕਿਸੇ ਦੇ ਕੰਮ ਨਹੀਂ ਆ ਸਕਦਾ ਮਿਊਜ਼ੀਅਮ ਦੇ ਕੰਮ ਦੀ ਚੀਜ਼ ਹੈ ਇਹ ਜੀ ਜੀ ਦੇ ਚ ਆਪਣੀ ਕਿਰਪਾਨ ਤੇ ਉਹ ਤਲਵਾਰ ਰੱਖਦੇ ਸਾਂ ਇਹ ਗਾਤਰਾ ਹੈ ਜੀ ਉਹਨਾਂ ਦਾ ਗਾਤਰਾ ਹੈ ਜੀ ਜੀ ਗਾਤਰਾ ਆ ਦੇਖੋ ਦੋ ਗਾਤਰੇ ਜਿੱਦਾਂ ਅੱਜ ਵੀ ਚੱਲਦੇ ਹਨ ਆ ਤੇ ਇਹ ਚਲਰ ਲੰਕਦੀ ਹੋਏਗੀ ਹਾਂ ਜੀ ਹਾਂਜੀ ਇਹ ਕਿਉਂਕਿ ਤੇ ਪਹਿਣਾ ਨਹੀਂ ਪਹਿਣਾ ਇਦਾਂ ਹੀ ਹੈ ਇੰਜ ਇੰਜ ਪਹਿਣਾ ਹੈ ਹਾਂਜੀ ਇੰਜ ਕਮਰ ਤੇ ਲਪੇਟ ਜਾਏਗਾ ਤੇ ਇੰਜ ਇਹਦੇ ਵਿੱਚ ਕਿਰਪਾਨ ਆਏਗੀ ਧਿਰਪਾਨ ਆਏਗੀ ਕਾ ਬਾਤ ਇਹਨਾਂ ਦੀ ਫਿਰ ਦੇਖਭਾਲ ਕਿਦਾਂ ਕਰਦੇ ਇਹਨਾਂ ਨੂੰ ਜਿਵੇਂ ਜੇ ਸਾਫ ਕਰਨਾ ਹੋਵੇ ਤੇ ਕੀ ਕੋਈ ਸਪੈਸ਼ਲ ਪ੍ਰੋਸੈਸ ਹੈ ਜੀ ਜੀ ਬਿਲਕੁਲ ਬਿਲਕੁਲ ਸਪੈਸ਼ਲ ਪ੍ਰੋਸੈਸ ਹੈ ਜੀ ਦੇਖੋ ਸੱਤ ਮਸਲਾਂ ਤੋਂ ਹੋ ਰਹੀ ਹੈ ਹਾਂਜੀ ਇਹ ਫਿਰ ਜਿਵੇਂ ਹੁਣ ਇੱਥੇ ਨੇਚਰਲ ਵੈਦਰ ਦੇ ਵਿੱਚ ਪਏ ਆ ਉਹਦੇ ਨਾਲ ਕੀ ਇਹਨਾਂ ਦੀ ਕੋਈ ਲਾਈਫ ਘਟਣ ਦਾ ਚਾਂਸ ਨਹੀਂ 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 ਬਿਲਕੁਲ ਨਹੀਂ ਇਨਾਂ ਦੀ ਦੇਖ ਰੇਖ ਹੁੰਦੀ ਰਹਿੰਦੀ ਹੈ ਇਹ ਮਹਾਰਾਣੀ ਜਿੰਦਾ ਦੀ ਸ਼ਾਲ ਵਾਹ ਜੀ ਵਾਹ ਐਂਡ ਇਟਸ ਨਾਟ ਏਮਬਰਾਇਡਰੀ ਏਮਬਰਾਇਡਰੀ ਨਹੀਂ ਹੈਗੀ ਸਰਦਾਰ ਜੀ ਅੱਛਾ ਜੀ ਏਮਬਰਾਇਡਰੀ ਨਹੀਂ ਹੈਗੀ ਇਹ ਦੇਖੋ ਏਮਬਰਾਇਡਰੀ ਹੋਵੇ ਥੱਲੇ ਧਾਗੇ ਹੋਣ ਇਹਦੇ ਹਾਂਜੀ ਇਹ ਬਾਰੀਕ ਤੋਂ ਬਾਰੀਕ ਕਪੜਾ ਕੱਟ ਕੇ ਤੇ ਰਫੂਗਰੀ ਦਾ ਕੰਮ ਹੋਇਆ ਹੈ ਮਹਾਰਾਣੀ ਦੀ ਸ਼ਾਲ ਹੈ ਇਹ ਕਿੱਥੇ ਦਾ ਬਣਿਆ ਕੁਛ ਨੌਲੇਜ ਲਾਹੌਰ ਲਾਹੌਰ ਦਾ ਬਣਿਆ ਸਾਰਾ ਛੋਟੇ ਤੋਂ ਛੋਟਾ ਪੀਸ ਵੀ ਜਿਹੜਾ ਤੁਹਾਨੂੰ ਨਜ਼ਰ ਆਏਗਾ ਕਪੜਾ ਕਿੱਦਾਂ ਇਹ ਤਾਂ ਸਹੀ ਗੱਲ ਆ ਇਹ ਤੇ ਹੁਣ ਵੀ ਨਹੀਂ ਮਿਲਣਾ ਨਹੀਂ ਪੋਸੀਬਲ ਹੀ ਨਹੀਂ ਪੋਸੀਬਲ ਹੀ ਨਹੀਂ ਵੀ ਕਿੰਨੀਆਂ ਵੀ ਮਸ਼ੀਨਾਂ ਕਿੰਨੇ ਵੀ ਤੁਸੀਂ ਕਰਗਿਰ ਲਾ ਲਓ ਹੱਥ ਦਾ ਕੰਮ ਹੈ ਸਪੈਸ਼ਲ ਰਫੂਗਰੀ ਦਾ ਕੰਮ ਹੈ ਜੀ ਸੋ ਇਹ ਤੇ ਗੱਲ ਦੇ ਅਸੀਂ ਤੱਤ ਤੇ ਪਹੁੰਚ ਗਏ ਅੱਗੇ ਵੀ ਜਦੋਂ ਫਿਰਦੇ ਆ ਕਿ ਜੋ ਸਾਡੇ ਤੋਂ ਵੱਡੇ ਪਹਿਲਾਂ ਕਰ ਪਾਉਂਦੇ ਸੀ ਅਸੀਂ ਨਹੀਂ ਕਰ ਪਾਉਂਦੇ ਅਸੀਂ ਹੁਣ ਮਸ਼ੀਨਾਂ ਦੇ ਉੱਤੇ ਹੋ ਗਏ ਰਿਲਾਇਬਲ ਤੇ ਸਾਡੀਆਂ ਜਿਹੜੀਆਂ ਆਪਣੀਆਂ ਸਕਿੱਲ ਸੀ ਉਹ ਖਤਮ ਹੋ ਗਈਆਂ ਤੇ ਕੀ ਬਾਤ ਆ ਜੀ ਮਹਾਰਾਣੀ ਜਿੰਦਾ ਦਾ ਸ਼ੌਕ ਇਹਨੂੰ ਕਾਤਰੀ ਕਹਿੰਦੇ ਨੇ ਜੀ ਕਾਤਰੀ ਹਾਂਜੀ ਇਹ ਵੀ ਮਹਾਰਾਜ ਦੇ ਇਸਤੇਮਾਲ ਦੀ ਚੀਜ਼ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਇਹ ਕਪੜਾ ਇਹ ਜਿਹੜੇ ਨਾ ਪੀਸ ਕਪੜੇ ਦੇ ਰਫੂਗਰੀ ਹੋਈ ਉੱਤੇ ਇੱਕ ਰਫੂਗਰੀ ਨਾਲ ਜੁੜਿਆ ਆਇਆ ਇੱਕ ਇਨੇ ਨੇ ਪੀਸ ਨੇ ਸਾਰੇ ਪਰ ਰਫੂ ਇੱਕ ਨਿਕਾ ਜਾ ਕਰੋ ਇੰਨਾ ਕ ਪੀਸ ਆਪਣੇ ਕਪੜੇ ਚ ਖਰਾਬ ਹੋ ਜੇ ਨਾ ਰਫੂ ਕਰਾਉਣ ਦੇਣ ਜਾਂਦੇ ਨੇ ਤੇ ਉਹ ਕਹਿ ਦਿੰਦੇ ਨੇ 2-4 ਦਿਨ ਲੱਗਣਗੇ ਹਾਂਜੀ ਸੋ ਇਹ ਕੱਲਾ ਕੱਲਾ ਜੇ ਰਫੂ ਕੀਤਾ ਤੇ ਇਹਦੇ ਉੱਤੇ ਮਿਹਨਤ ਕਿੰਨੀ ਹੋਏਗੀ ਇਹ ਕਿਸ ਕੰਮ ਲਈ ਯੂਜ਼ ਹੁੰਦਾ ਹੀ ਇਹ ਚਾਦਰ ਆ ਜਾਂ ਲੋਈ ਚਾਈਪ ਚਾਦਰ ਟਾਈਪ ਆ ਹਾਂਜੀ ਇਹ ਉਹ ਰੋਬੋ ਫੋਨਰ ਹੈ ਜੀ ਜਿਹੜਾ ਮਹਾਰਾਜਾ ਨੇ ਫਕੀਰ ਸੈਦ ਅਜ਼ੀਜ਼ੁੱਦੀਨ ਨੂੰ ਦਿੱਤਾ ਇਹ ਦੇਖੋ ਇਹਦੇ ਤੇ ਕੰਮ ਦੇਖੋ ਹੋਇਆ ਆ ਵਾਹ ਜੀ ਵਾਹ ਇਹ ਮਿਲਦੇ ਹੀ ਜੀ ਹਾਂਜੀ ਬਹੁਤ ਹੀ ਸੋਹਣਾ ਹੈ ਜੀ ਇਹ ਫਿਰ ਪਾ ਕੇ ਜਾਂਦੇ ਹਣਗੇ ਦਰਬਾਰ ਚ ਬਿਲਕੁਲ ਜੀ ਬਿਲਕੁਲ ਕਿਉਂਕਿ ਜਦੋਂ ਇੱਕ ਵਾਰੀ ਕੋਈ ਮਾਣ ਮਿਲ ਜੇ ਉਸ ਦਰਬਾਰ ਚ ਫਿਰ ਪਾ ਕੇ ਜਾਣਾ ਪੈਂਦਾ ਜੀ ਜੀ ਬਿਲਕੁਲ ਇੰਜ ਹਾਂਜੀ ਅਛਾ ਸੀ ਤੇ ਇਹਨੂੰ ਕਹਿੰਦੇ ਆ ਮੂਰਛਲ ਤੁਸੀਂ ਕੁਝ ਹੋਰ ਕਹਿੰਦੇ ਹੋ ਉਹ ਜਿਹਦੇ ਨਾਲ ਚੱਲੀ ਦਾ ਪਿੱਛੋਂ ਅਸੀਂ ਤੇ ਚੌਰ ਸਾਹਿਬ ਕਹਿੰਦੇ ਵੈਸੇ ਮਹਾਰਾਜਾ ਦੇ ਪਿੱਛੇ ਖਲੋ ਕੇ ਜਿਹੜਾ ਬੰਦਾ ਇਹਨੂੰ ਚਲਦਾ ਸੀ ओरिजिनल ਹੈ ਉਦੋਂ ਦਾ ਕੀ ਬਾਤ ਹੈ ਸੋ ਇਹ ਚੌਰ ਹੈ ਜੀ ਕਿੰਨਾ ਪੁਰਾਣਾ ਹੋ ਗਿਆ 100 200 ਸਾਲ ਕਹਿ ਲਓ ਜੀ 200 ਸਾਲ ਕਹਿ ਲਓ ਜੀ ਹਾਂਜੀ ਵਾਹ ਜੀ ਵਾਹ ਇਹ ਸਾਰਾ ਲਿਖਿਆ ਆਇਆ ਕਿ ਮਸਜਿਦ ਦਾ ਕੋਈ ਤਰਜਮਾ ਹੋ ਕੇ ਤੇ ਡਿਟੇਲ ਫਾਰਸੀ ਸਾਰੀ ਤੇ ਨਹੀਂ ਤੇ ਇਹ ਵੀ ਹੋ ਸਕਦਾ ਇਹ ਸਾਰੇ ਜੀ ਉਹ ਸਕਰੋਲ ਹੈ ਮੈਂ ਖੋਲੀ ਜਾਵਾਂਗਾ ਤੇ ਖੁੱਲਣਾ ਨਹੀਂ ਪੂਰਾ ਇਹ ਸਾਰੇ ਮਸਜਦ ਮਕਾਬਰ ਜ਼ਿਆ ਮਜ਼ਾਰ ਮਜ਼ਾਰਤ ਤੇ ਜਿਹੜੇ ਮਸਜਦ ਦੇ ਕੰਮ ਕਰਨ ਵਾਲੇ ਲੋਕ ਨੇ ਜਿਹੜੇ ਮਸਜਦ ਚ ਕੰਮ ਕਰਦੇ ਨੇ ਮੁਅੱਜ਼ਨ ਹੈ ਖਤੀਬ ਹੈ ਝਾੜੂ ਦੇਣ ਵਾਲਾ ਸਾਰਾ ਕੁਝ ਉਹਨਾਂ ਦੀ ਗ੍ਰਾਂਟ ਅਲੱਗ ਹੈ ਕਿਉਂ ਮਸਜਦ ਦੀ ਗ੍ਰਾਂਟ ਨਾ ਖਾਣ ਠੀਕ ਹੈ ਬਾਦਸ਼ਾਹੀ ਮਸਜਦ ਹੈ ਸਾਰੀਆਂ ਮਸਜਦ ਮੌਜੂਦ ਨੇ ਇਹਦੇ ਜਿਨ੍ਹਾਂ ਨੂੰ ਗ੍ਰਾਂਟ ਦਿੰਦੇ ਸਨ ਤੇ ਜਿਨ੍ਹਾਂ ਨੂੰ ਗ੍ਰਾਂਟ ਦਿੱਤੀ ਜਾਵੇ ਉਹਨਾਂ ਨੂੰ ਖਰਾਬ ਨਹੀਂ ਕਰਦਾ ਕਿ ਨਹੀਂ ਕੀਤਾ ਜਾ ਸਕਦਾ ਇੱਕ ਦੇਖੋ ਤਿੰਨ ਤਿੰਨ ਸਟੇਜਾਂ ਹੁੰਦੀਆਂ ਖਰਾਬ ਕਰਨਾ ਆਹ ਕੁਛ ਵੀ ਨਾ ਕਰਨਾ ਤੇ ਜਾ ਉਹਦੀ ਲੁੱਕ ਆਫਟਰ ਕਰ ਇਹ ਲੁੱਕ ਆਫਟਰ ਇਹ ਲੁੱਕ ਆਫਟਰ ਨਾ ਤਾਂ ਉਹ ਉਹ ਉਦੋਂ ਦਾ ਸਕਰੋਲ ਮੌਜੂਦ ਹੈ ਸੋ ਇਹ ਗੱਲ ਮੈਂ ਬਹੁਤ ਧਿਆਨ ਇੱਥੇ ਕਹਿਣਾ ਚਾਹਾਂਗਾ ਕਿ ਮਹਾਰਾਜਾ ਜੀ ਬਾਰੇ ਬਹੁਤ ਇਹ 네ਗਟਿਵ ਇਮਪ੍ਰੈਸ਼ਨ ਜਾਂ ਝੂਠ ਬੋਲਿਆ ਗਿਆ ਔਰ ਇੰਟੈਂਸ਼ਨਲੀ ਬੋਲਿਆ ਗਿਆ ਜਦੋਂ ਕਿ ਪ੍ਰੂਫ ਹਨ ਮੈਂ ਤੇ ਪੜ ਨਹੀਂ ਸਕਦਾ ਪਰ ਜੇ ਮੈਂ ਜੇ ਤੇ ਇਹਦੀ ਡਿਟੇਲ ਆਲਰੇਡੀ ਪੰਜਾਬੀ ਜਾਂ ਇੰਗਲਿਸ਼ ਚ ਆ ਚੁੱਕੀ ਹੈ ਫਿਰ ਵੀ ਅਸੀਂ ਤੁਹਾਡੇ ਨਾਲ ਸਾਂਝ ਪਾਵਾਂਗੇ ਨਹੀਂ ਤੇ ਅਸੀਂ ਜ਼ਰੂਰ ਕਿਸ ਨਾ ਕਿਸੇ ਨੂੰ ਬੇਨਤੀ ਕਰਾਂਗੇ ਇੱਥੇ ਆ ਕੇ ਤਰਮਜਮਾ ਕਰ ਸਕਣੋ ਕੋਈ ਇੱਕ ਮਸਜਿਦ ਵੀ ਉਹਨੂੰ ਇਨੀ ਗ੍ਰਾਂਟ ਮਿਲਦੀ ਸੀ ਮੰਨ ਲਓ ਬਾਦਸ਼ਾਹੀ ਮਸਜਿਦ ਦੇ ਨਾਮ ਕਰਦੇ ਸੀ ਬਾਦਸ਼ਾਹੀ ਮਸਜਿਦ ਇਹਦਾ ਨਾਮ ਲਿਖਿਆ ਗ੍ਰਾਂਟ ਇਨੀ ਕਿੰਨੀ ਗ੍ਰਾਂਟ ਲਿਖਿਆ ਇੱਥੇ ਨਹੀਂ ਉਹ ਬਿਲਕੁਲ ਲਿਖਿਆ ਹੈ ਲੇਕਿਨ ਉਹ ਹੁਣ ਉਹ ਕੱਢਣੀ ਉਹਦਾ ਬੜਾ ਮਸਲਾ ਹੋ ਗਿਆ ਨਾ ਲੇਕਿਨ ਹੈ ਮੈਂ ਪੂਰੀ ਜ਼ਿੰਮੇਵਾਰੀ ਨਾ ਕੰਨਾਂ ਚ ਇਹ ਗ੍ਰਾਂਟ ਜਿਹੜੀ ਆ ਮਸਜਿਦ ਨੂੰ ਦਿੱਤੀ ਜਾ ਸਕਦੀ ਜਿੱਦਾਂ ਤੁਸੀਂ ਗੱਲ ਕੀਤੀ ਹੈ ਮੈਂ ਤੁਹਾਨੂੰ ਸਕਰੋਲ ਦਿਖਾਉਂਦਾ